ਆ ਜਿਹੜੀ ਬੈਸਟ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਆ ਜਿਹੜੀ ਜਲੰਧਰ ਪੁਲਿਸ ਵੱਲੋਂ ਇੱਕ ਇੰਟਰਨੈਸ਼ਨਲ ਡਰੱਗ ਜਿਹੜਾ ਰੈਕਟ ਹੈਗਾ ਜੋ ਕੋਰੀਅਰ ਦਾ ਯੂਜ ਕਰਕੇ ਅਲੱਗ ਅਲੱਗ ਦੇਸ਼ਾਂ 'ਚ ਡਰੱਗਸ ਭੇਜਦਾ ਸੀ ਉਹਦਾ ਅਸੀਂ ਜਿਹੜਾ ਹੈਗਾ ਪਰਦਾਫਾਸ਼ ਕੀਤਾ ਹੈਗਾ ਇਹਦੇ 'ਚ ਅਸੀਂ ਜਿਹੜਾ ਹੈਗਾ ਇੱਕ ਐਫ ਆਈ ਆਰ NDPS ਐਕਟ ਦੇ ਅੰਤਰਗਤ ਜਿਹੜੀ ਹੈਗੀ ਰਜਿਸਟਰ ਕੀਤੀ ਹੈਗੀ ਉਸੇ 'ਤੇ ਸਾਨੂੰ ਪਤਾ ਲੱਗਿਆ ਸੀਗਾ ਕਿ ਬਈ ਇਹਦੇ 'ਚ ਇੱਕ ਬੰਦੇ ਹੈਗੇ ਪੰਕਜ 1200 ਦੀਪਕ ਕੁਮਾਰ ਆ ਜਿਹੜੇ ਇੰਟਰਨੈਸ਼ਨਲ ਜਿਹੜਾ ਕੋਰੀਅਰ ਸਰਵਿਸਿਸ ਹੈ ਉਹਦਾ ਯੂਜ ਕਰਦੇ ਸੀ ਉਹਨਾਂ ਦੇ ਜਿਹੜੇ ਰੈਗੂਲਰ ਸਮਾਨ ਹੈ ਉਹਦੇ ਵਿੱਚ ਜਿਹੜਾ ਹੈਗਾ ਜਿਹੜਾ ਨਸ਼ੀਲਾ ਪਦਾਰਥ ਹੈਗਾ ਜਿਹਦੇ 'ਚ ਸਾਡੇ ਕੋਲ ਜਿਹੜੀ ਰਿਕਵਰੀ ਹੈ ਉਹ 730 ਗ੍ਰਾਮ ਅਫੀਮ ਹੈਗੀ ਉਹਨੇ ਵਿੱਚ ਉਹਨਾਂ ਨੇ ਵਿੱਚ ਪਾ ਕੇ ਇਹਨਾਂ ਨੂੰ ਕੋਰੀਅਰ ਕੀਤਾ ਸੀਗਾ ਉਹ ਬਾਅਦ 'ਚ ਸਾਨੂੰ ਇਨਫੋਰਮੇਸ਼ਨ ਲੱਗੀ ਅਸੀਂ ਜਿਹੜਾ ਹੈਗਾ ਪਰਚਾ ਰਜਿਸਟਰ ਕਰ ਲਿਆ ਸੀ ਇਹਨਾਂ ਨੂੰ ਅਰੈਸਟ ਕਰ ਲਿਆ ਸੀ ਇਸ ਦੇ ਨਾਲ ਹੀ ਅਸੀਂ ਇਹਨਾਂ ਦੀ ਜਿਹੜੀ ਹੈਗੀ ਅੱਗੇ ਜਿਹੜੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਹੈ ਉਹ ਟੈਕਨੀਕਲ ਇਨਵੈਸਟੀਗੇਸ਼ਨ ਰਾਹੀਂ ਜਿਹੜਾ ਇਹਨਾਂ ਦੇ ਬੈਕਵਰਡ ਐਂਡ ਫਾਰਵਰਡ ਦੇ ਲਿੰਕੇਜ ਹੈਗੇ ਉਹ ਇਹਨਾਂ ਦੀ ਅਸੀਂ ਦੇਖ ਰਹੇ ਹੈਗੇ ਬਾਕੀ ਵੀ ਅਸੀਂ ਇਹਨਾਂ ਦੇ ਜਿਹੜਾ ਪਤਾ ਕੀਤਾ ਤਾਂ ਪਾਇਆ ਹੈਗਾ ਕਿ ਇੱਕ ਪੁਲਿਸ ਇੱਕ ਇਹਦੀ FIR ਹੈ ਜੋ ਲੁਧਿਆਣਾ ਪੁਲਿਸ ਵੱਲੋਂ ਵੀ ਰਜਿਸਟਰ ਕੀਤੀ ਗਈ ਹੈ ਅਸੀਂ ਇਸੀ ਕੇਸ ਦੇ ਜਿਹੜੇ ਸਾਰੇ ਪਹਿਲੂ ਹੈ ਅਸੀਂ ਉਹਨਾਂ ਨੂੰ ਦੇਖ ਕੇ ਅੱਗੇ ਜਿਹੜੀ ਹੈ ਫਰਦਰ ਇਨਵੈਸਟੀਗੇਸ਼ਨ ਹੈ ਉਹਨੂੰ ਜਾਰੀ ਰੱਖਾਂਗੇ।